जय गुरुदेव जी। धन गुरुदेव जी, मैं एक वीडियो देखी आ जिहदे विच जिहड़ा चवल जिहा रंगरेटा गुरमिंदर सिंह ਉਹ ਸਾਡੀ ਬਾਣੀ ਨੂੰ ਕਿੱਦਾਂ ਟਾਰਗੇਟ ਕਰਦਾ, ਕਹਿੰਦਾ ਕਿ ਇਹਨਾਂ ਨੇ ਬਾਣੀ ਅਲੱਗ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਲੱਗ ਕਰ ਲਈ ਆ, ਮੈਂ ਇਹਨਾਂ ਨੂੰ ਸਿੱਖੀ ਨਹੀਂ ਮੰਨਦਾ ਜਿਨ੍ਹਾਂ ਨੇ ਬਾਣੀ ਅਲੱਗ ਕਰ ਲਈ। ਉਹਨੂੰ ਮੈਂ ਪੁੱਛਦਾ ਵੀ ਭਾਅ ਜੀ ਅਸੀਂ ਸਿੱਖ ਤਾਂ ਹੈ ਹੀ ਨਹੀਂ, ਅਸੀਂ ਸਿੱਖ ਤਾਂ ਹੈ ਹੀ ਨਹੀਂ, ਅਸੀਂ ਤਾਂ ਉਹ ਕੌਮ 'ਚੋਂ ਹਾਂ ਰਵਿਦਾਸੀਆ ਕੌਮ 'ਚੋਂ ਜਿਹੜੇ ਆਜ਼ਾਦ ਸੋਚ ਵਾਲੇ ਨੇ, ਜਦ ਅਸੀਂ ਰਵਿਦਾਸੀਏ ਬਣੇ ਹਾਂ ਸਾਡੇ ਪਿੱਛੇ ਇਹ ਨਹੀਂ ਲੱਗਾ ਇਹ ਫਲਾਨਾ ਅਤੇ ਫਲਾਨਾ ਰਵਿਦਾਸੀ ਆ, ਜਿੱਦਾਂ ਸਿੱਖਾਂ ਵਿੱਚ ਕਰਦੇ ਆ ਇਹ ਰਵਿਦਾਸੀਆ ਸਿੱਖ ਆ ਜੀ, ਇਹ ਮਾਝੀ ਸਿੱਖ ਆ ਜੀ, ਇਹ ਆਹ ਸਿੱਖ ਆ, ਹੈ ਨਾ, ਮਤਲਬ ਜਾਤ ਲਾਉਣ ਵਾਲਾ। ਅਸੀਂ ਤਾਂ ਆਜ਼ਾਦ ਲੋਕ ਹਾਂ, ਇਹ ਰੰਗਰੇਟੇ ਵਰਗੇ ਹੋ ਸਕਦੇ ਆ ਗੁਲਾਮ ਸੋਚ ਵਾਲੇ ਲੋਕ, ਲੇਕਿਨ ਅਸੀਂ ਤਾਂ ਆਜ਼ਾਦ ਹਾਂ, ਸਾਡਾ ਆਪਣਾ ਧਰਮ ਆ, ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਗ੍ਰੰਥ ਆ, ਸਾਡਾ ਆਪਣਾ ਹਰ ਦਾ ਨਿਸ਼ਾਨ ਹੈ, ਸਾਡਾ ਮੱਕਾ ਕਾਂਛੀ ਬਨਾਰਸ ਯੂਪੀ, ਸਾਡਾ ਤਾਂ ਸਾਰਾ ਕੁਝ ਅਲੱਗ ਆ, ਸਾਨੂੰ ਕਿੱਦਾਂ ਸਿੱਖਾਂ ਨਾਲ ਜੋੜਨ ਡਿਆ ਇਹ ਐਡਾ ਬੇਵਕੂਫ ਬੰਦਾ। ਅਸੀਂ ਤਾਂ ਕੁਛ ਕਿਹਾ ਵੀ ਨਹੀਂ ਇਹਨਾਂ ਨੂੰ, ਇਹ ਪਤਾ ਨਹੀਂ ਇਹਨਾਂ ਨੂੰ ਕੀ ਦਿੰਦਾ ਆ ਜਿਹੜਾ ਰਵਿਦਾਸੀਆਂ ਨਾਲ ਵਾਰ ਵਾਰ ਪੰਗਾ ਲੈਂਦੇ ਆ। ਅਤੇ ਭਾਈ ਫਿਰ ਹੈਕ ਠੋਕ ਕੇ ਆ ਨਾ ਬਾਹਰ ਨੂੰ, ਫਿਰ ਜੇ ਰਵਿਦਾਸੀਆਂ ਨਾਲ ਪੰਗਾ ਲੈਣਾ ਨਾ ਫਿਰ ਦੱਸਦੇ ਤੈਨੂੰ ਰਵਿਦਾਸੀ ਕਿੱਦਾਂ ਕਰਦੇ ਆ ਨਾ। ਪਤਾ ਨਹੀਂ ਪੜ੍ਹੇ ਲਿਖੇ ਲੋਕ ਅਨਪੜ੍ਹਤਾ ਵਾਲੀ ਕਿੱਦਾਂ ਗੱਲ ਕਰ ਲੈਂਦੇ ਆ ਨਾ। ਅਸੀਂ ਰਵਿਦਾਸੀ ਹਾਂ, ਅਣਖ ਦੀ ਸੋਚ ਰੱਖਣ ਵਾਲੇ ਸਾਡੇ ਇਤਿਹਾਸ ਗਵਾਹ ਆ ਰਵਿਦਾਸੀਆਂ ਦੇ। ਇਹ ਕਹਿੰਦਾ ਜੀ ਅਸੀਂ ਉਹਨੂੰ ਸਿੱਖੀ ਨਹੀਂ ਮੰਨਦੇ, ਅਸੀਂ ਸਿੱਖ ਵੀ ਬਣ ਜਾਈਏ ਹੈ ਨਾ, ਅਤੇ ਨਾਲੇ ਆਪਣੇ ਸੰਤਾਂ ਦੇ ਉੱਪਰ ਸਿੱਖਾਂ ਦੇ ਕੋਲ ਅਟੈਕ ਵੀ ਕਰਾ ਲਈਏ ਤਾਂ ਸਾਨੂੰ ਕਿਹੜਾ, ਹੈ ਨਾ ਭਰਾਵਾ। ਅਸੀਂ ਆਜ਼ਾਦ ਸੋਚ ਵਾਲੇ ਹਾਂ, ਰਵਿਦਾਸੀ ਆ, ਅਸੀਂ ਕਿਸੇ ਦੇ ਗੁਲਾਮ ਨਹੀਂ ਹੈਗੇ ਕਿਸੇ ਕੌਮ ਦੇ। ਸਾਡੀ ਵੱਖਰੀ ਪਹਿਚਾਣ ਆ, ਸਾਡੀ ਵੱਖਰੀ ਸ਼ਾਨ ਆ, ਸਾਡਾ ਵੱਖਰਾ ਧਰਮ ਰਵਿਦਾਸੀਆ ਧਰਮ। ਸੋ ਜੈ ਗੁਰਦੇਵ, ਧੰਨ ਗੁਰਦੇਵ।